ਨਵਾਂਸ਼ਹਿਰ ਦੇ ਪਿੰਡ ਆਸਰੋ ਨੇੜੇ ਬੰਦਲੀ ਸ਼ੇਰ ਦਰਗਾਹ ਨੇੜੇ ਸਤਲੁਜ ਦਰਿਆ ਦੇ ਕੰਢੇ ਖੜਾ 14 ਸਾਲਾਂ ਬੱਚਾ ਪਾਣੀ ਦੇ ਤੇਜ਼ ਵਹਾਅ 'ਚ ਤਿਲਕ ਕੇ ਰੁੜ ਗਿਆ ਸੀ, ਜਿਸ ਨੂੰ ਬਚਾਉਣ ਦੇ ਲਈ ਮਾਮੇ ਨੇ ਵੀ ਛਾਲ ਮਾਰ ਦਿੱਤੀ ਸੀ, ਪਰੰਤੂ ਪਾਣੀ ਦੇ ਤੇਜ਼ ਵਹਾਅ ਕਾਰਨ ਮਾਮਾ ਭਾਂਜਾ ਡੁੱਬ ਗਏ ਸੀ। ਜਿਸ ਦੀ ਭਾਲ ਬਹੁਤ ਕੀਤੀ ਗਈ, ਪਰੰਤੂ ਦੋਨਾਂ ਦੀਆਂ ਲਾਸ਼ਾਂ ਨਹੀਂ ਮਿਲੀਆਂ। 7ਵੇਂ ਦਿਨ ਮਾਮੇ ਦੀ ਲਾਸ਼ ਪਿੰਡ ਔਲੀਆਪੁਰ ਸਤਲੁਜ ਦਰਿਆ ਦੇ ਵਿੱਚੋਂ ਮਿਲੀ ਹੈ, ਜਿਸ ਤਹਿਤ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਦੀ ਪਛਾਣ ਕੀਤੀ, ਜਿਸ ਤਹਿਤ ਸਦਰ ਥਾਣਾ ਬਲਾਚੌਰ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪੀਟਲ ਦੀ ਮੋਰਚੀ ਵਿੱਚ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ ਅਤੇ ਭਾਂਜੇ ਅੰਸ਼ ਵਾਲੀਆ ਦੀ ਅਜੇ ਸਤਲੁਜ ਦਰਿਆ ਵਿੱਚ ਭਾਲ ਜਾਰੀ ਹੈ। ਇਸ ਦੇ ਨਾਲ ਹੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ DC ਨਵਜੋਤਪਾਲ ਸਿੰਘ ਰੰਧਾਵਾ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ਵਿੱਚ ਨਹਾਉਣ ਤੇ ਪਾਬੰਦੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਸਤਲੁਜ ਦਰਿਆ ਅਤੇ ਬਿਸਤ ਦੁਆਬ ਨਹਿਰ ਵਿੱਚ ਨਹਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਰਾਜਕੁਮਾਰ ਹੈ। ਇਹ ਜਿਹੜਾ ਤੁਹਾਡੇ ਕੀ ਲੱਗਦੇ ਸੀਗੇ ਜਿਹਨਾਂ ਦੀ ਡੈਥ ਹੋਈ ਸੀ ਡੁੱਬ ਕੇ? ਮੇਰਾ ਸਾਲਾ ਸੀ ਰਮਨ ਕੁਮਾਰ, ਜਿਸ ਦੀ ਡੈਥ ਹੋਈ ਹੈ। ਹਾਂਜੀ, ਅਤੇ ਇਹਨਾਂ ਦੀ ਲਾਸ਼ ਮਿਲ ਗਈ ਹੈ? ਹਾਂਜੀ, ਕੱਲ੍ਹ ਇਹਨਾਂ ਦੀ ਲਾਸ਼ ਕੱਲ੍ਹ ਦੁਪਹਿਰ ਮਿਲ ਗਈ ਸੀਗੀ। ਲਾਸ਼ ਮਿਲਣ ਤੋਂ ਬਾਅਦ ਅਸੀਂ ਪੁਲਿਸ ਨੂੰ ਰਿਪੋਰਟ ਕਰ ਦਿੱਤੀ ਸੀ, ਪੁਲਿਸ ਨੇ ਲੈ ਕੇ ਆਪਣੇ ਹੋਸਪਿਟਲ ਜਮ੍ਹਾਂ ਕਰਾਤੀ ਬੋਡੀ। ਅਤੇ ਪਛਾਣ ਕਰ ਲਈ ਸੀ ਤੁਸੀਂ? ਹਾਂਜੀ, ਪਛਾਣ ਕਰ ਲਈ, ਪਛਾਣ ਕਰ ਲਈ ਸੀ। ਠੀਕ ਹੈ, ਅਤੇ ਹੁਣ ਕੀ ਕਾਰਵਾਈ ਕੀ ਹੋ ਰਹੀ ਹੈ? ਹੁਣ ਕਾਰਵਾਈ ਪੋਸਟਮਾਰਟਮ ਲਈ ਗਏ ਹਾਂ ਜੀ। ਪੋਸਟਮਾਰਟਮ ਕਰਾ ਕੇ ਉਸ ਤੋਂ ਬਾਅਦ ਅਸੀਂ ਬੋਡੀ ਦਾ ਸੰਸਕਾਰ ਜਿਹੜਾ ਚੰਡੀਗੜ੍ਹ ਵਿਖੇ ਕਰ ਦੇਣਾ। ਮਿਤੀ 20 ਤਰੀਕ ਨੂੰ 20/6/24 ਨੂੰ ਚੰਡੀਗੜ੍ਹ ਨਿਵਾਸੀ ਰਮਨ ਕੁਮਾਰ ਸੀਗਾ, ਅਤੇ ਭਾਣਜਾ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਲਾਗੇ ਦਰਿਆ ਵਿੱਚ ਨਹਾਉਂਦੇ ਸਮੇਂ ਰੁੜ ਗਿਆ ਸੀਗੇ। ਪਤਾ ਲੱਗਾ ਕਿ ਭਾਣਜਾ ਜਿਹੜਾ ਸੀਗਾ, ਇਹਨਾਂ ਦਾ ਅੰਸ਼ ਉਹ ਪਾਣੀ ਵਿੱਚ ਵਹਿ ਗਿਆ ਸੀਗਾ, ਜਿਹਨੂੰ ਉਹਦਾ ਜਿਹੜਾ ਮਾਮਾ ਸੀ ਰਮਨ ਕੁਮਾਰ ਬਚਾਉਂਦੇ ਹੋਏ, ਉਹ ਵੀ ਪਾਣੀ ਵਿੱਚ ਰੁੜ ਗਿਆ। ਅਤੇ ਕੱਲ੍ਹ ਸਾਨੂੰ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਔਲੀਆਪੁਰ ਦਰਿਆ ਦੇ ਵਿੱਚ ਇੱਕ ਡੈੱਡ ਬੋਡੀ ਹੈਗੀ ਮਿਲੀ ਹੈ। ਅਸੀਂ ਮੌਕਾ 'ਤੇ ਜਾ ਕੇ ਦੇਖਿਆ ਅਤੇ ਸਾਨੂੰ ਪਤਾ ਲੱਗਾ ਕਿ ਇਹ ਡੈੱਡ ਬੋਡੀ ਇਹ ਰਮਨ ਕੁਮਾਰ ਦੀ ਹੈ। ਫਿਰ ਅਸੀਂ ਰਮਨ ਕੁਮਾਰ ਦੇ ਵਾਰਸਾਂ ਨੂੰ ਮੌਕਾ ਪਰ ਬੁਲਾਇਆ, ਜਿਨ੍ਹਾਂ ਨੇ ਇਹ ਪਹਿਚਾਣ ਕੀਤੀ ਕਿ ਜਿਹੜੀ ਹੈਗੀ ਹੈ ਡੈੱਡ ਬੋਡੀ ਆ, ਇਹ ਸਾਡੇ ਜਿਹੜੇ ਹੈਗੇ ਆ ਇਹ ਰਮਨ ਕੁਮਾਰ ਜੀ ਦੀ ਹੈਗੀ ਹੈ। ਅਤੇ ਅਸੀਂ ਜਿਹੜੀ ਡੈੱਡ ਬੋਡੀ ਹੈਗੀ ਆ ਕੱਲ੍ਹ ਲੈ ਕੇ ਡੈੱਡ ਹਾਊਸ ਵਿੱਚ ਰੱਖੀ ਸੀ, ਅਤੇ ਅੱਜ ਜਿਹੜੀ ਕਾਨੂੰਨੀ ਕਾਰਵਾਈ ਕਰਦੇ ਹੋਏ ਜਿਹੜਾ ਹੈਗਾ ਉਹਦੀ ਡੈੱਡ ਬੋਡੀ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰਦੇ।